ਇੱਥੋਂ ਅਸੀਂ ਸਾਰੇ ਜੰਗਲ ਤੋਂ ਚੱਲ ਕੇ ਆਏ ਹਾਂ। ਉੱਪਰ ਹਿਮਾਚਲ ਦੇ ਵਿੱਚ ਕ੍ਰੈਸ਼ਰ ਲੱਗੇ ਆ ਔਰ ਜਿਹੜੇ ਉਹ ਕ੍ਰੈਸ਼ਰ ਲੱਗੇ ਹੋ ਆ ਉਹ ਵੀ ਇੱਥੇ ਪੌ ਆ। ਇੱਕ ਪੌ ਨੂੰ ਰੋਡ 15 ਫੁੱਟ ਦੀ ਪਰਮਿਸ਼ਨ ਮਿਲ ਗਈ ਆ ਜੰਗਲ ਦੇ ਵਿੱਚ ਦੀ। ਅਤੇ ਅੱਜ ਅਸੀਂ ਇੱਥੇ ਦੇਖਿਆ ਆ ਕੇ ਇੱਥੇ ਤਕਰੀਬਨ 40 ਤੋਂ 50 ਫੁੱਟ ਚੌੜਾ ਰਸਤਾ ਜਿਹੜਾ ਉਹ ਕ੍ਰੈਸ਼ਰ ਵਾਲੇ ਵਰਤ ਰਹੇ ਆ ਔਰ ਪੰਚਾਇਤ ਸਰਪੰਚ ਨਾਲ ਰਲਿਆ ਆ ਰਾਮਪੁਰ ਵਾਲਾ। ਅਤੇ ਅੱਜ ਕਰੋੜਾਂ ਰੁਪਏ ਦਾ ਚੂਨਾ ਫੋਰੈਸਟ ਨੂੰ ਲੱਗ ਰਿਹਾ ਜਿੱਥੇ ਸਾਡਾ ਵਾਤਾਵਰਨ ਨੂੰ ਅਸੀਂ ਸ਼ੁੱਧ ਰੱਖਣ ਵਾਸਤੇ ਅਸੀਂ ਗਰੀਨਰੀ ਚਾਹੁੰਦੇ ਕਿ ਵੱਧ ਤੋਂ ਵੱਧ ਗਰੀਨਰੀ ਹੋਵੇ। ਅਤੇ ਔਰ ਇਹ ਜੰਗਲ ਜਿਹੜਾ ਇਸ ਕ੍ਰੈਸ਼ਰ ਲੱਗਣ ਕਰਕੇ ਰਸਤਾ ਛੱਡਣ ਕਰਕੇ ਜੰਗਲ ਵੀ ਬਰਬਾਦ ਹੋ ਗਿਆ ਅਤੇ ਪੰਚਾਇਤ ਜਿਹੜੀ ਆ ਸਰਪੰਚ ਉਹ ਜਿਹੜੇ ਐਗਰੀਮੈਂਟ ਕੀਤਾ ਕੁਛ ਕੀਤਾ ਆ ਅਤੇ ਉਹ ਪੱਕਾ ਮਹੀਨਾ ਵੱਜਾ ਆ ਮਹੀਨੇ ਦੀ ਮਹੀਨੇ ਉਹਨਾਂ ਦੇ ਕੋਲ ਥੈਲਾ ਪਹੁੰਚ ਜਾਂਦਾ ਨੋਟਾਂ ਦਾ ਅਤੇ ਉਹ ਚੁੱਪ ਕਰਕੇ ਬੈਠੇ ਆ। ਸਾਡਾ ਇਹਨਾਂ ਨਗਰਾਂ ਦਾ ਇਸ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਅੱਜ ਹੋ ਰਿਹਾ ਔਰ ਇਸੇ ਰਸਤੇ ਕਰਕੇ ਪਿੱਛੇ ਬਾਰਿਸ਼ਾਂ ਪਈਆਂ ਸਾਰਾ ਹਿਮਾਚਲ ਦਾ ਪਾਣੀ ਇਸ ਰਸਤੇ ਰਾਹੀਂ ਜਾ ਕੇ ਨਹਿਰ ਵੀ ਜਿਹੜੀ ਆ ਉਹ ਵੀ ਤੋੜੀ ਆ। ਹਜ਼ਾਰਾਂ ਏਕੜ ਜ਼ਮੀਨ ਖਰਾਬ ਕੀਤੀ ਆ। ਰਾਮਪੁਰ ਬਿਰੜੋਂ 8-10 ਪਿੰਡਾਂ ਦੇ ਵਿੱਚ ਇਹ ਹੜ੍ਹ ਦਾ ਪਾਣੀ ਜਾ ਕੇ ਫਸਲਾਂ ਦਾ ਨੁਕਸਾਨ ਵੀ ਕੀਤਾ ਘਰਾਂ ਦਾ ਨੁਕਸਾਨ ਵੀ ਕੀਤਾ। ਮੈਨੂੰ ਇੱਥੇ ਟਾਹਲੀ ਕੋਈ ਦਿਸੇ ਨਹੀਂ ਰਹੀ ਔਰ ਮੈਂ ਸਮਝਦਾ ਕਿ ਸਰਕਾਰ ਜਿਹੜੇ ਮਹਿਕਮੇ ਦੇ ਮੰਤਰੀ ਆ ਜਾਂ ਸੈਕਟਰੀ ਜਾਂ ਡਾਇਰੈਕਟਰ ਆ ਉਹਨਾਂ ਨੂੰ ਇੱਥੇ ਆ ਕੇ ਵਿਜਿਟ ਕਰਨੀ ਚਾਹੀਦੀ ਆ ਅਤੇ ਦੇਖਣਾ ਚਾਹੀਦਾ ਕਿ ਮੰਗ ਆ ਪਿੰਡ ਵਾਲਿਆਂ ਦੀ ਮੰਗ ਆ ਕਿ ਸਰਪੰਚ ਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਆ ਕੇ ਵੱਡੇ ਆਲਾ ਅਫਸਰ ਜਿਹੜੇ ਆ ਕੇ ਉਹ ਇੱਥੇ ਆ ਕੇ ਚੈੱਕ ਕਰਕੇ ਇਹਦੀ ਇਨਕੁਆਇਰੀ ਕਰਨ ਅਤੇ ਬਣਦਾ ਇਨਸਾਫ ਇਹ ਨਗਰ ਪਿੰਡ ਵਾਲਿਆਂ ਨੂੰ ਦਵਾਇਆ ਜਾਵੇ। ਨਗਰ ਦੋਨਾਂ ਨਗਰਾਂ ਦੇ ਉਹਨੂੰ ਤਾਂ ਬਾਕੀ ਨਗਰਾਂ ਨੂੰ ਨਾਲ ਲੈ ਕੇ ਪ੍ਰੋਟੈਸਟ ਕਰਾਂਗੇ। ਅਵਤਾਰ ਸਿੰਘ ਜੀ, ਰਾਤ ਤਾਂ ਇਹ ਬੰਦ ਹੋਣਾ ਚਾਹੀਦਾ ਜੀ ਕਿ ਪਾਣੀ ਪਿੱਛੇ ਪਾਣੀ ਗਿਆ ਮੀਂਹ ਦਾ ਨਹਿਰ ਟੁੱਟੀ ਆ ਘੱਟੋ ਘੱਟ ਪੱਖੋ ਵਾਲਾ ਕਿੰਨੇ ਪਿੰਡ ਪਾਣੀ ਨਾਲ ਭਰੇ ਹੈ ਜਿੰਨਾ ਉੱਪਰਲਾ ਪਾਣੀ ਸਾਰਾ ਆ ਕੇ ਰਾਮਪੁਰ ਬੇੜੋਂ 'ਚੋਂ ਪੱਖੋ ਵਾਲ ਹਾਜੀਪੁਰ ਸਾਰੇ ਪਿੰਡਾਂ 'ਚ ਪਾਣੀ ਭਰਿਆ ਹੈ। ਮੇਰੀਆਂ ਸਾਡੀ ਪੰਚਾਇਤ ਸੁੱਤੀ ਪਈ ਹੈ ਜੀ ਸਰਪੰਚ ਨੂੰ ਪੈਸੇ ਮਿਲੀ ਜਾਂਦੇ ਆ ਜੀ ਅਸੀਂ ਤਾਂ ਕਈ ਵਾਰੀ ਕਿਹਾ ਸਰਪੰਚ ਨੂੰ ਪੈਸੇ ਮਿਲੀ ਜਾਂਦੇ ਜੀ ਬਾਕੀ ਦੋ ਬੰਦੇ ਰੱਖ ਲਏ ਸਾਡੇ ਉਹਦੇ ਵੀ ਪੈਸੇ ਤਨਖਾਹ ਖਾਈ ਜਾਂਦੇ। ਮੈਂ ਅਜੀਤ ਸਿੰਘ ਮੇਰਾ ਨਾਮ ਮੇਰਾ ਪਿੰਡ ਰਾਮਪੁਰ ਐਕਸ ਪੰਚ ਆ ਜੀ। ਸਾਡੀ ਪਿਛਲੀ ਪੰਚਾਇਤ ਦੇ ਵਿੱਚ ਇਹ ਰਸਤਾ ਪਹਿਲਾਂ ਸਰਪੰਚ ਨੇ ਬਿਨਾਂ ਮਜ਼ੂਰੀ ਤੋਂ ਲਿਆ ਸੀਗਾ ਉਹ ਅਸੀਂ ਪਹਿਲਾਂ ਬਹੁਤ ਔਖੇ ਹੋ ਕੇ ਸੰਘਰਸ਼ ਕਰਕੇ ਬੰਦ ਕਰਾਇਆ ਸੀਗਾ ਪਰ ਜਿਹੜੀ ਇਹ ਮੌਜੂਦਾ ਸਰਪੰਚਾਇਤ ਬਣੀ ਹੈ ਇਸ ਸਰਪੰਚ ਨੇ ਹੁਣ ਫਿਰ ਇਹ ਰਸਤਾ ਪਤਾ ਨਹੀਂ ਮਨਜ਼ੂਰੀ ਲਈ ਨਹੀਂ ਲਈ ਹੈਗੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਜੀ ਪਰ ਇਹ ਰਸਤਾ ਜਿੱਦਾਂ ਪਿੰਡ ਦੇ ਬੰਦੇ ਦੱਸਦੇ ਆ ਵੀ 15 ਫਿੱਟ ਮਨਜ਼ੂਰੀ ਲੈ ਕੇ ਚਲਾਇਆ ਪਰ ਇਹ ਜਦੋਂ ਅਸੀਂ ਮੌਕੇ 'ਤੇ ਦੇਖਿਆ ਤਾਂ ਇਹ ਕਿਤੇ 40 ਫੁੱਟ ਹੈ ਕਿਤੇ 50 ਫੁੱਟ ਹੈ ਕਿਤੇ 35 ਫੁੱਟ ਹੈ ਬਹੁਤ ਨੁਕਸਾਨ ਕੀਤਾ ਰਸਤੇ ਨੇ ਅਤੇ ਜਿਹੜੇ ਪਿੱਲਰ ਵੀ ਲਾਏ ਤੇ 15 ਫੁੱਟ ਲਾਏ ਤੇ ਉਹ ਵੀ ਸਾਰੇ ਪੱਟ ਹੋਏ ਹੋਏ ਜੀ ਅਤੇ ਇਸ ਦੇ ਰਸਤੇ ਚੱਲਣ ਦੇ ਨਾਲ ਸਾਡੇ ਪਿੰਡ ਦੇ ਜੰਗਲ ਦਾ ਬਹੁਤ ਨੁਕਸਾਨ ਹੈ ਜੰਗਲੀ ਜਾਨਵਰਾਂ ਦਾ ਨੁਕਸਾਨ ਹੈ ਅਤੇ ਪਿੰਡ ਜਿਹੜੀ ਜੰਗਲ ਦੀ ਜਿਹੜੀ ਲੱਕੜੀ ਸੀਗੀ ਉਹ ਸਾਰੀ ਚੋਰ ਵੱਢ ਕੇ ਲੈ ਗਏ ਆ ਅਤੇ ਸਰਪੰਚ ਕ੍ਰੈਸ਼ਰ ਵਾਲੇ ਤੋਂ ਪੈਸੇ ਲੈ ਰਿਹਾ ਆ ਅਤੇ ਜੰਗਲ ਦੇ ਰਾਖੇ ਵੀ ਜਿਹੜੇ ਰੱਖੇ ਉਹਨਾਂ ਦੇ ਪੈਸੇ ਵੀ ਵਿਖਾ ਰਿਹਾ ਜੀ ਅਤੇ ਇਸ ਕਰਕੇ ਪੈਸੇ ਵੀ ਜਿਹੜੇ ਹੈਗੇ 1.5 ਲੱਖ ਰੁਪਇਆ ਲੈਂਦਾ ਪਰ ਉਹ 1.5 ਲੱਖ ਰੁਪਇਆ ਵੀ ਜਿਹੜਾ ਉਹ ਮਤ ਦੇ ਵਿੱਚ ਨਹੀਂ ਲਿਖਿਆ ਗਿਆ ਹੈਗਾ ਜੀ ਜਿਹੜਾ ਐਸਟੀਮੇਟ। ਮੈਂ ਬਹਾਦਰ ਸਿੰਘ ਜੀ ਮੌਜੂਦਾ ਪਿੰਡ ਕੀ ਕਹੋਗੇ ਜਦੋਂ ਰਸਤੇ ਪਹਿਲੇ ਗੱਲ ਚੱਲੀ ਸਾਡੀ ਪੰਚਾਇਤ ਨੇ 15 ਫੁੱਟ ਰਸਤਾ ਦਿੱਤਾ ਸਰਪੰਚ ਨੇ ਪੈਸੇ ਮੁਕਾਏ ਨਾ 1.5 ਲੱਖ ਰੁਪਇਆ ਅਤੇ ਪਿੰਡ ਦੇ ਵਿੱਚ ਵਿਕਾਸ ਰਸਤੇ ਲਾਣੇ ਆ ਅਸੀਂ 15 ਫੁੱਟ ਰਸਤੇ ਉੱਤੇ ਮਾਤਾ ਪਾਈਪ ਸਿੰਘ ਕਰਤੇ ਹੁਣ 40 ਫੁੱਟ ਰਸਤਾ 45 ਬਣਾਇਆ ਹੋਇਆ ਔਰ ਸਾਨੂੰ ਪੰਚਾਇਤ ਨੂੰ ਨਾ ਪਿੰਡ ਨੂੰ ਨਾ ਪੰਚਾਇਤ ਨੂੰ ਵੀ ਸਰਪੰਚ ਕੋਈ ਹਿਸਾਬ ਨਹੀਂ ਦਾ ਪੈਸਾ ਕਿੱਥੇ ਪੈਸਾ ਵੱਧਦਾ ਕਿੱਥੇ ਨਹੀਂ ਵੱਧਦਾ। ਮੰਗ ਸਾਡੀ ਇਹ ਵੀ ਸਾਨੂੰ ਸਾਰੇ ਪਿੰਡ ਹਿਸਾਬ ਦੇ ਸਰਪੰਚ 1.5 ਲੱਖ ਰੁਪਏ ਦਾ ਔਰ 20,000 ਦੇ ਵਿੱਚ ਰਾਤ ਨੂੰ ਕ੍ਰੈਸ਼ਰ ਵਾਲੇ ਪੈਸੇ ਦਿੰਦੇ 20,000 ਰੁਪਇਆ ਮਹੀਨਾ ਰਾਤ ਦੇ 2 ਚੌਕੇ ਦਾ ਉਹ ਵੀ ਬੰਦਾ ਇੱਥੇ ਕੋਈ ਨਹੀਂ ਬੰਦੇ ਠਾਤੇ ਹੋਏ ਡੇਗਾ ਨੇ ਬੰਦੇ ਪਾਤੇ ਔਰ 20,000 ਰੁਪਏ ਇਹ ਵੀ ਸਰਪੰਚ ਆਪਣੀ ਏਜ ਪਾਈ ਜਾਂਦਾ। ਸਾਡਾ ਇਹ ਪੰਜਾਬ ਆ ਅਤੇ ਇਹ ਹਿਮਾਚਲ ਆ ਦੋ ਸਟੇਟਾਂ ਇੱਕ ਦੂਜੇ ਨਾਲ ਜੁਆਇੰਟ ਕਰਦੀਆਂ ਜਿਹੜਾ ਕ੍ਰੈਸ਼ਰ ਲੱਗਾ ਆ ਉਹ ਹਿਮਾਚਲ ਦੇ ਵਿੱਚ ਲੱਗਾ ਆ ਜਿਹੜਾ ਇਹ ਰਸਤਾ ਹੈਗਾ ਆ ਸਾਡੇ ਪਿੰਡ ਦੇ ਵਿੱਚੋਂ ਰਾਮਪੁਰ ਦੇ ਵਿੱਚੋਂ ਇਹ ਨਜਾਇਜ਼ ਰਸਤਾ ਇਹਨਾਂ ਨੂੰ ਦਿੱਤਾ ਆ ਜਿਹੜਾ ਕਿ ਬੰਦ ਹੋਣਾ ਚਾਹੀਦਾ ਕਿਉਂਕਿ ਇਹ ਇਸ ਰਸਤੇ ਕਰਕੇ ਸਾਡੇ ਪਿੰਡ ਦਾ ਜੰਗਲ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜਿੰਨੀ ਕੀਮਤੀ ਖੈਰ ਦੀ ਲੱਕੜ ਆ ਟਾਹਲੀਆਂ ਆ
होर कीमती लकड़ हैगी आ वो सारी जेड़े तस्कर हैगे आ बढ़ बढ़ के लेके जाते हैं इत्थे कोई नहीं देख रेख करता हैगा ये रस्ते की वजह के नाल ही जेड़े हिमाचल तो या पंजाब तो जेड़े नशे वाले हैगे आ वो गलत काम करते हैगे आ वो साड़ी भी पिंडा की बर्बादी हो रही हैगी आ ते काफ़ी साडा नुकसान हो रहा जेड़ा पानी उपरों आता है पहला पानी इन्ना नहीं साडे दा वो साढ़े 10-12 पिंडा इन्ना नुकसान होया इस रस्ते करके असी साड़ी पर जोर यही मंग आ कि जेड़ा रस्ता आ ये क्रैशर वाले का बंद किया जाए उपर नू रास्ता इन्हों का उपर नू हिमाचल नू आ ते उधरों जाण साड़ी मैं सर मेरा नाम हरजिंदर है जी मैं मेरे वाइफ जेड़े वो इस पंचायत दे विच जेड़े पंचायत मैंबर हैगे आ ये जिहड़ा रास्ता जदों पंचायत ने इन्हां नूं दित्ता सीगा पिछली पंचायत ने भी दित्ता होया सी ये जदों दित्ता सीगा रास्ता उदों चलो सहमति असीं पहलां नहीं भी दे रहे सी बाद विच इन्हां ने पिंड दा आम इजलास करके उत्थे जदों पिंड वालियां ने भी दित्ता फिर आपां वी उहनां दे नाल जिहड़ा रास्ता देता पर अज ये जिहड़ा रास्ता अज असीं आए हां देखिया कि नुकसान जिहड़ा जंगल दा जिहड़ा हो रहा वो नहीं होना चाहीदा बाकी जिहड़े टिप्पर चलते हैगे और उस रोड का भी नुकसान है कई एक्सीडेंट भी होए कीमती जाना भी गई हैं अज असीं महसूस कर रहे हैं कि ये जिहड़ा रास्ता बंद होना चाहिए।